ਕਜਾਰੀਆ ਦਾ ਆਲ ਓਵਰ ਆਏ ਮੰਨ ਕੇ ਚਲੋ ਆਪਣੇ ਕੋਲ 2800 ਡਿਜ਼ਾਈਨ ਲੱਗਿਆ ਹੋਇਆ ਜਿਹੜੀ ਕਜਾਰੀਆ ਦੀ 2800 ਜਿਹੜੀ ਕਜਾਰੀ ਦੀ ਬੁੱਕਲੈਟ ਹੁੰਦੀ ਹੈ ਨਾ ਬੁੱਕਲੈਟ ਚ ਜਿਹੜਾ ਤੁਸੀਂ ਡਿਜ਼ਾਈਨ ਦੇਖੋਗੇ ਸਾਰਾ ਆਪਣੇ ਕੋਲ ਲਾਈਵ ਡਿਸਪਲੇ ਹੈ ਇਹ ਤਾਂ ਬਸ ਆ ਕੇ ਆਪਾਂ ਸਿਲੈਕਟ ਹੀ ਕਰਨਾ ਹੈ ਠੀਕ ਹੈ ਜਿਹੜਾ ਤੁਹਾਨੂੰ ਇੱਥੇ ਦਿਖਾਤਾ ਇਹ ਤੁਹਾਡਾ ਫਾਈਨਲ ਰਿਜ਼ਲਟ ਜਿਹੜਾ ਲੱਗਣ ਤੋਂ ਬਾਅਦ 4-5 ਮਹੀਨਿਆਂ ਬਾਅਦ ਆਊਗਾ ਜਦੋਂ ਕੋਠੀ ਨੂੰ ਪੇਂਟ ਪੂੰਟ ਹੋ ਗਿਆ ਮਤਲਬ ਲਾਈਟਾਂ ਬਿਜਲੀ ਦਾ ਕੰਮ ਹੋਣ ਤੋਂ ਬਾਅਦ ਜਿਹੜਾ ਰਿਜ਼ਲਟ ਆਊਗਾ ਤੁਹਾਨੂੰ ਪਹਿਲੀ ਦਿਖਾਤਾ ਆਪਾਂ ਆਹ ਦੇਖੋ ਆ ਪ੍ਰੋਪਰ ਲਾਈਵ ਵਾਸ਼ਰੂਮ ਬਣਿਆ ਪਿਆ ਆ ਕਰੀਮ ਬਰਾਊਨ ਕਲਰ ਦਾ ਬਣਿਆ ਪਿਆ ਤੁਹਾਡੇ ਘਰੇ ਜਾ ਕੇ ਆਹ ਚੀਜ਼ ਬਣ ਸੇਮ ਟੂ ਸੇਮ ਇਹ ਤਾਂ ਐਵੇਂ ਲਾਈਟ ਪਾਸ ਹੁੰਦੀ ਹੁੰਦੀ ਇਹਦੇ ਵਿੱਚ ਹਾਂ ਇਹ ਐਚਡੀ ਫੁੱਲ ਐਚਡੀ ਡਿਜ਼ਾਈਨ ਹੈ ਜੀ ਇਹ ਠੀਕ ਹੈ ਜੀ ਹਾਈ ਗਲੋਸ ਇਹ ਜਿੱਥੇ ਲੱਗ ਗਿਆ ਥੋੜਾ ਬੰਦਾ ਇਹਦੇ ਕੰਨੀ ਦੇਖਦਾ ਰਹੂਗਾ ਪੀ ਦੇ ਵਿੱਚ ਮਾਰਬਲ ਥੱਪੀ ਨਾਲ ਥੱਪੀ ਜੋੜ ਕੇ ਰੇਸ਼ੇ ਮਿਲਦੇ ਆ ਨਾ ਉਹ ਵੀ ਟਾਇਲ ਦੇ ਪ੍ਰੋਪਰ ਆਏ ਰੇਸ਼ੇ ਮਿਲਣਗੇ ਜੀ ਇਹ ਟੱਚ ਕਰਕੇ ਦੇਖੋ ਪਹਿਲਾਂ ਤੁਸੀਂ ਇਹਨੂੰ ਨਾ ਗਲੋਸ ਨਾ ਮੈਟ ਠੀਕ ਹੈ ਜੀ ਇਹ ਸਾਟਨ ਦੇ ਵਿੱਚ ਹੈ ਜੀ ਕਿਹੜੀ ਇੱਕ ਟਾਇਲ ਆ ਬਈ ਇਹ ਇਹ ਪ੍ਰੋਪਰ 10 ਸਾਲ ਦੀ ਇਹਦੀ ਗਾਰੰਟੀ ਹੈ ਜੀ ਇਹ ਇੰਪੋਰਟਡ ਲੱਕੜਾ ਜਿਹੜੇ ਜਿਹੜੀ ਬਾਹਰ ਚੱਲਦੀ ਹੈ ਇਹਦੇ ਤਾਂ ਕਬਜ਼ਿਆਂ ਦੇ ਵੀ 304 ਦੀ ਮੋਹਰ ਲੱਗੀ ਹੋਈ ਹੈ ਧਿਆਨ ਨਾਲ ਦੇਖੋ ਜੀ ਅੱਛਾ ਜੀ ਹਾਂਜੀ 304 ਦਾ ਮਤਲਬ ਹਾਂ 304 ਸਟੀਲ ਦੇ ਵਿੱਚ ਸਭ ਤੋਂ ਹਾਈ ਗ੍ਰੇਡ ਹੈ ਜੀ ਜਾਰੀਆ ਤੋਂ ਉੱਪਰ ਦਾ ਕੋਈ ਬ੍ਰਾਂਡ ਹੀ ਨਹੀਂ ਬਾਕੀ ਲੀਲੀਆਂ ਫਿਲੀਆਂ ਚਿੰਟੂ ਕੈਂਡੀ ਤਾਂ ਆਉਂਦੀਆਂ ਹੀ ਰਹਿੰਦੀਆਂ ਨੇ ਠੀਕ ਹੈ ਰੇਸਾਂ ਦੇ ਵਿੱਚ ਤਾਂ ਸਾਰੀ ਭਾਈ ਦੇ ਨੇ ਪਰ ਕਜਾਰੀਆ ਐਸੀ ਜਿਹੜੀ ਜਮਾ ਟਾਪ ਤੇ ਜਾਂਦੀ ਜੀ ਲੱਕੜ ਦਾ ਕੰਮ ਕਰਾਉਂਗੇ 2-2.5 ਲੱਖ ਦਾ ਤਾਂ ਲੱਕੜ ਦਾ ਸਮਾਨ ਆ ਜਾਊਗਾ 100 ਰੁਪਏ ਫੁੱਟ ਦੀ ਲੇਬਰ ਹੈ ਇਹ ਤੁਹਾਡਾ 100 ਰੁਪਏ ਵਿਦ ਮਟੀਰੀਅਲ ਲੱਗ ਜੂ ਸਾਡੀ ਸਪੈਸ਼ਲ ਸਰਵਿਸ ਛੱਡੀ ਹੋਈ ਹੈ ਜੀ ਫੋਰ ਐਨਆਰਆਈ ਕਸਟਮਰ ਵਾਸਤੇ ਜਿਹੜਾ ਵੀ ਐਨਆਰਆਈ ਆਪਣਾ ਭਰਾ ਬਾਹਰ ਬੈਠਾ ਜਿਹਨੇ ਕੋਠੀ ਦਾ ਕੰਮ ਇੱਥੇ ਕਰਾਉਣਾ ਹੈ ਅਸੀਂ ਨੰਬਰ ਛੱਡਿਆ ਹੋਇਆ ਜੀ ਉੱਤੇ ਫੋਨ ਕਰੋ ਵੀਡੀਓ ਕਾਲ ਦੇ ਸੋ ਸਾਰੀ ਕੁਆਲਿਟੀ ਆਪਾਂ ਪ੍ਰੋਪਰ ਸੈਟੀਸਫੈਕਸ਼ਨ ਕਰਾਵਾਂਗੇ ਗ੍ਰੇਨਾਈਟ ਜੀ ਵੀ ਆਪਣੇ ਕੋਲ 250 ਕਲਰ ਅਵੇਲੇਬਲ ਹੈ ਸਾਊਥ ਦੇ ਵਿੱਚ ਜੀ ਜਿਹੜਾ ਬੰਦਾ ਆ ਗਿਆ ਫਿਰ ਉਹਨੂੰ ਇਹ ਨਹੀਂ ਹੈਗਾ ਵੀ ਕੋਈ ਵਹਿਮ ਰਹਿ ਜੂ ਵੀ ਮੈਨੂੰ ਆ ਚੀਜ਼ ਨਹੀਂ ਮਿਲਣੀ ਮਤਲਬ ਹੀ ਨਹੀਂ ਜੀ ਜੇ ਵਹਿਮ ਹੀ ਰਹਿ ਗਿਆ ਫਿਰ ਸਾਡਾ ਫਾਇਦਾ ਕੀ ਹੋਇਆ ਕੰਮ ਕਰਨ ਦਾ ਦੋਸਤੋ ਤੁਹਾਨੂੰ ਲੱਗ ਰਿਹਾ ਹੋਊ ਵੀ ਅੱਜ ਬਾਈ ਇੱਕ ਘਰ ਹੋਰ ਲੈ ਸ਼ੋਰੂਮ ਹੈ ਉਹ ਵੀ ਕਜਾਰੀ ਦਾ ਐਕਸਕਲੂਸਿਵ ਟਾਇਲ ਸ਼ੋਰੂਮ ਤੇ ਸ਼ੋਰੂਮ ਆਪਾਂ ਪਹਿਲਾਂ ਵੀ ਬਹੁਤ ਦਿਖਾਏ ਹੋਣਗੇ ਪਰ ਇਸ ਤਰ੍ਹਾਂ ਦਾ ਸ਼ੋਰੂਮ ਤੁਸੀਂ ਨਹੀਂ ਦੇਖਿਆ ਹੋਣਾ ਤੇ ਇਹ ਕਜਾਰੀਆ ਦਾ ਐਕਸਕਲੂਸਿਵ ਸ਼ੋਰੂਮ ਬਣਿਆ ਮਾਨਸਾ ਦੇ ਵਿੱਚ ਜਿੱਥੇ ਤੁਸੀਂ ਜੋ ਚੀਜ਼ ਲੈਣੀ ਹੈ ਵੀ ਕਿਵੇਂ ਲੱਗੂ ਤੁਹਾਡੇ ਘਰੇ ਲੱਗੀ ਉਹ ਤੁਸੀਂ ਪਹਿਲੀ ਪ੍ਰੈਜੈਂਟ ਕਰ ਸਕਦੇ ਹੋ ਤੇ ਦੇਖ ਕੇ ਆਪਣਾ ਆਈਡੀਆ ਲੈ ਸਕਦੇ ਹੋ ਵੀ ਆਹ ਚੀਜ਼ ਮੈਂ ਲਾਈ ਤਾਂ ਮੇਰੇ ਕਿਵੇਂ ਲੱਗੂਗੀ ਤੇ ਉਹ ਸਾਰੀ ਗੱਲਬਾਤ ਕਰਾਂਗੇ ਬਹੁਤ ਸੋਹਣੇ ਤਰੀਕੇ ਨਾਲ ਜਿਹੜਾ ਇਹ ਡਿਸਪਲੇ ਇਹਨਾਂ ਨੇ ਬਣਾਈ ਹੈਗੀ ਕਜਾਰੀਆ ਦੇ ਸ਼ੋਰੂਮ ਦੇ ਵਿੱਚ ਤੇ ਕਮਾਲ ਦੀ ਡਿਸਪਲੇ ਆ ਤੇ ਆਜੋ ਆਪਾਂ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਜੀ ਬਾਈ ਜੀ ਬਸ ਵਧੀਆ ਜੀ ਵਧੀਆ ਤੁਸੀਂ ਸੁਣਾਓ ਬਾਈ ਕੀ ਹਾਲ ਚਾਲ ਨੇ ਤੇ ਬਾਈ ਜੀ ਸ਼ੋਰੂਮ ਤਾਂ ਬਹੁਤ ਦੇਖੇ ਨੇ ਅੱਛਾ ਜੀ ਪਰ ਅਜਿਹਾ ਮੈਂ ਪਹਿਲੀ ਵਾਰ ਦੇਖਿਆ ਇੱਥੇ ਆਪਾਂ ਨਾ ਸਾਰੇ ਕਨਸੈਪਟ ਹੀ ਲੋਕਾਂ ਦੇ ਖਤਮ ਕਰਤੇ ਜੀ ਪਹਿਲਾਂ ਲੋਕ ਸੋਚਦੇ ਸੀ ਮਨਾਂ ਦੇ ਵਿੱਚ ਵੀ ਆਪਾਂ ਟਾਇਲ ਇੱਥੋਂ ਲੈ ਲਈ ਵੀ ਸਾਡੇ ਘਰੇ ਜਾ ਕੇ ਪਤਾ ਨਹੀਂ ਜਚੂਗੀ ਪਤਾ ਨਹੀਂ ਨਾ ਆਪਾਂ ਸਾਰਾ ਬਣਾ ਕੇ ਦਿਖਾਤਾ ਆ ਡਰਾਇੰਗ ਰੂਮ ਬਣਿਆ ਪਿਆ ਠੀਕ ਹੈ ਦੇਖੋ ਇੱਥੇ ਤੁਸੀਂ ਬੈਠੋ ਪ੍ਰੋਪਰ ਬੈਠ ਕੇ ਦੇਖੋ ਵੀ ਆ ਤੁਹਾਡਾ ਡਰਾਇੰਗ ਰੂਮ ਵੀ ਬਣਿਆ ਪਿਆ ਸਾਹਮਣੇ ਐਲਈਡੀ ਕੱਪ ਲੱਗੀ ਹੋਈ ਹੈ ਆ ਸਾਹਮਣੇ ਆ ਦੇਖੋ ਲੱਕੜ ਦਾ ਕੰਮ ਹੋਇਆ ਹੋਇਆ ਠੀਕ ਹੈ ਜੀ ਨਾਲੇ ਦੀਵਾਰ ਦਾ ਦੀਵਾਰ ਤੇ ਵੀ ਆਪਾਂ ਟਾਈਲ ਲਾਤੀ ਵੀ ਲੱਕੜ ਦਾ ਕੰਮ ਕਰਾਉਂਗੇ 2-2.5 ਲੱਖ ਦਾ ਤਾਂ ਲੱਕੜ ਦਾ ਸਮਾਨ ਆ ਜਾਊਗਾ 100 ਰੁਪਏ ਫੁੱਟ ਦੀ ਲੇਬਰ ਹੈ ਠੀਕ ਹੈ ਤੁਹਾਡਾ 100 ਰੁਪਏ ਵਿਦ ਮਟੀਰੀਅਲ ਲੱਗ ਜੂ ਠੀਕ ਹੈ ਸਾਰੀ ਉਮਰ ਖਰਾਬ ਨਹੀਂ ਹੁੰਦਾ ਲੱਕੜ ਦਾ ਕੰਮ ਕਰਾਉਂਗੇ 2 ਸਾਲ ਬਾਅਦ ਜ਼ੀਰੋ ਹੋ ਜਾਊਗਾ ਠੀਕ ਹੈ ਜੀ ਉਹਨੂੰ ਸਿਉਂਕ ਲੱਗ ਜੂ ਸਭ ਤੋਂ ਵੱਡੀ ਗੱਲ ਟਾਈਮ ਵਾਲੀ ਟੈਨਸ਼ਨ ਖਤਮ ਕਰਤੀ ਆ ਕੇ ਦੇਖੋ ਵੀ ਕਿਹੀ ਚੀਜ਼ ਕਿਵੇਂ ਲੱਗੂਗੀ ਹਾਂ ਸਾਰਾ ਕੁਝ ਆ ਬਣਿਆ ਪਿਆ ਦੇਖੋ ਆ ਤੁਹਾਡੇ ਸਾਹਮਣੇ ਲਾਈਵ ਮੌਕਅਪ ਬਣੇ ਪਏ ਨੇ ਸਾਰੇ ਬਾਥਰੂਮ ਬਣੇ ਪਏ ਨੇ ਜੀ ਆ ਇਧਰ ਸ਼ੀਸ਼ੇ-ਸ਼ੀਸ਼ੇ ਲਾ ਕੇ ਤਿਆਰ ਹੈ ਦੇਖੋ ਇੱਥੇ ਤਾਂ ਬਸ ਆ ਕੇ ਆਪਾਂ ਸਿਲੈਕਟ ਹੀ ਕਰਨਾ ਹੈ ਠੀਕ ਹੈ ਜੀ ਜਿਹੜਾ ਤੁਹਾਨੂੰ ਇੱਥੇ ਹਰੇਕ ਕੋਈ ਲਾ ਲੂਗਾ ਲੋਕਾਂ ਦੇ ਜਿਹੜੇ ਮਨ 'ਚ ਡਾਊਟ ਹੁੰਦੇ ਉਹ ਕਲੀਅਰ ਕਰਤੇ ਆਪਾਂ ਠੀਕ ਹੈ ਜੀ ਸਭ ਤੋਂ ਵੱਡਾ ਡਾਊਟ ਹੁਣ ਤੁਸੀਂ ਹੈ ਤੁਸੀਂ ਕੋਠੇ 10 ਲੱਖ ਰੁਪਏ ਕੇ ਲਈ ਟਾਇਲ ਲਾਉਣੀ ਹੈ ਤੁਹਾਡੇ ਮਨ 'ਚ ਰਹੂਗਾ ਯਾਰ ਵੀ ਆਪਾਂ ਟਾਇਲ ਤਾਂ ਲੈ ਲੈਂਦੇ ਹਾਂ ਯਾਰ ਕੀ ਪਤਾ ਕੱਲ ਨੂੰ ਜਚੂਗੇ ਨਾ ਹਾਂ ਸਭ ਤੋਂ ਵੱਡਾ ਡਾਊਟ ਹੈ ਜੀ ਉਹ ਆਪਾਂ ਇੱਥੇ ਲਾਈਵ ਡਿਸਪਲੇ ਹੈ ਖਤਮ ਕਰਤਾ ਜੀ ਇੱਕ ਬਈ ਹੋਰ ਵੀ ਮੈਂ ਦੇਖਦਾ ਹੁੰਦਾ ਜਿਵੇਂ ਕੋਈ ਚੀਜ਼ ਲੈਨੇ ਆਪਾਂ ਵਧੀਆ ਬ੍ਰਾਂਡਡ ਹਾਂਜੀ ਆਪਾਂ ਜੇ ਮਾੜੀ ਸ਼ਾਪ ਤੋਂ ਲੈ ਲਈਏ ਨਾ ਆਪਾਂ ਨੂੰ ਇੱਕ ਵਹਿਮ ਜਾ ਰਹਿੰਦਾ ਕਿਤੇ ਨਕਲੀ ਤਾਂ ਨਹੀਂ ਦੇਤੀ ਆਪਣੇ ਦੋਸਤ ਮਿੱਤਰ ਵੀ ਕਹਿ ਦਿੰਦੇ ਨੇ ਪਰ ਜੇ ਹੁਣ ਕਜਾਰੀਏ ਦੀ ਕੋਈ ਆਪਾਂ ਗੱਲ ਕਰਦੇ ਆ ਤਾਂ ਇੱਥੇ ਆ ਕੇ ਉਹ ਚੀਜ਼ ਖਤਮ ਹੈ ਵੀ ਜੋ ਕਜਾਰੀਏ ਦਾ ਇੱਥੇ ਮਿਲ ਜੂਗਾ ਮੈਨੂੰ ਨਹੀਂ ਲੱਗਦਾ ਕਿਤੇ ਹੋਰ ਉਹ ਤਾਂ ਬਈ ਹੈਗੀ ਹੈਗਾ ਹੁਣ ਜਿਵੇਂ ਐਪਲ ਦੀ ਗੱਲ ਕਰੀਏ ਆਪਾਂ ਜੀ ਐਪਲ ਦੇ ਏਅਰਪੋਰਟ ਨੇ ਤੁਹਾਨੂੰ 100 ਰੁਪਏ ਚ ਵੀ ਮਿਲ ਜਾਣਗੇ origignal ਨੇ 10,000 ਦੇ ਨੇ ਹਾਂ ਤੁਸੀਂ ਕੋਈ ਵੀ ਚੀਜ਼ ਐਪਲ ਸਟੋਰ ਤੋਂ ਲਓਗੇ ਤੁਹਾਨੂੰ ਪਤਾ ਵੀ origignal ਹੈ ਤਸੱਲੀ ਹੈ ਸੰਤੁਸ਼ਟੀ ਹੈ ਸੰਤੁਸ਼ਟੀ ਹੈ ਬਾਹਰੋਂ ਲੈ ਲਓ ਐਨੀ ਬਾਰ ਡੁਪਲੀਕੇਟ ਦੇ ਦੇਣ ਡੁਪਲੀਕੇਟ ਇਹ ਆਰਥੋਰਾਈਜ਼ ਸ਼ੋਰੂਮ ਹੈ ਕਜਾਰੀਆ ਦਾ ਜਿੱਥੇ ਤੁਹਾਨੂੰ ਸਾਰੀ ਚੀਜ਼ origignal ਹੀ ਮਿਲੂਗੀ ਠੀਕ ਹੈ ਜੀ ਤੇ origignal ਦੀ ਆਪਣੀ ਗਾਰੰਟੀ ਵੀ ਹੋਊਗੀ ਠੀਕ ਹੈ ਬਾਈ ਜੀ origignal ਦੀ ਪ੍ਰੀਮੀਅਮ ਦੀ ਸਾਰੀ ਆਪਣੀ ਗਾਰੰਟੀ ਹੋਊਗੀ ਠੀਕ ਹੈ ਜੀ ਇਹ ਸਾਰੇ ਬਈ ਵਾਸ਼ਰੂਮ ਦੇ ਹੋ ਇਹ ਸਾਰੇ ਆ ਦੇਖੋ ਸਾਰੇ ਵਾਸ਼ਰੂਮ ਆ ਗਏ ਜੀ ਆ ਦੇਖੋ ਆ ਆਨਐਕਸ ਦੇ ਵਿੱਚ ਲੱਗਿਆ ਹੋਇਆ ਵਾਸ਼ਰੂਮ ਤਿਆਰ ਹੈ ਠੀਕ ਹੈ ਜਿਹੜਾ ਰਿਜ਼ਲਟ ਤੁਹਾਡੇ 4-5 ਮਹੀਨਿਆਂ ਬਾਅਦ ਆਊਗਾ ਤੁਹਾਨੂੰ ਪਹਿਲੀ ਦਿਖਾਤਾ ਆਪਾਂ ਹਾਂ ਵੀ ਆ ਚੀਜ਼ ਕਿਵੇਂ ਲੱਗੂਗੀ ਆ ਚੀਜ਼ ਮੰਨ ਜੂ ਤੁਹਾਡੇ ਵਾਸ਼ਰੂਮ ਹਾਂ ਇਹਦੇ ਵਿੱਚ ਜਿੱਥੋਂ ਜਿਹੜੀ ਚੀਜ਼ ਤੁਸੀਂ ਚੇਂਜ ਕਰਨੀ ਆ ਉਹ ਤਾਂ ਕਰ ਲਓ ਇਹਦੇ ਨਾਲ ਤੁਸੀਂ ਜੇ ਤੁਹਾਡਾ ਪਰਸਨਲ
ਬਾਈ ਜੀ ਇਹ ਤਾਂ ਉਹੀ ਡਿਸਪਲੇ ਵਾਲੀ ਗੱਲ ਹਾਂਜੀ ਜੋ ਤੁਸੀਂ ਕਸਟਮਰ ਦਾ ਸਮਾਂ ਬਚਾਇਆ ਇੱਕ ਚੰਗੀ ਚੀਜ਼ ਲੈ ਕੇ ਆਏ ਸਹੀ ਗੱਲ ਹੈ ਜੀ ਤੇ ਪਰ ਹੁਣ ਆਪਾਂ ਡਿਜ਼ਾਈਨ ਦਿਖਾ ਦਈਏ ਵੀ ਕਿਹੜੇ ਕਿਹੜੇ ਨੇ ਕਿਹੜੇ ਹਾਂਜੀ 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 ਆਹ ਦੇਖੋ ਬਾਈ ਜੀ ਇੱਧਰ 4x2 ਦੀ ਸਾਰਾ ਸਲਾਂਟ ਦੇ ਸੀਰੀਜ਼ ਲੱਗੀ ਹੋਈ ਹੈ ਜੀ ਆਹ ਦੇਖੋ ਸਾਰੇ ਫਲੋਰਿੰਗ ਦੇ ਜਿੰਨੇ ਡਿਜ਼ਾਈਨ ਨੇ ਸਾਰੇ ਤੁਹਾਡੇ ਕੋਲ ਲੱਗੇ ਪਏ ਨੇ ਇੱਥੇ ਕਸਟਮਰ ਆਵੇ ਤਾਂ ਪਸੰਦ ਕਰੇ ਠੀਕ ਹੈ ਜੀ ਤੇ ਇੱਥੇ ਪਸੰਦ ਕਰਕੇ ਅਗਲੇ ਦੇ ਘਰੇ ਭੇਜ ਦਿੰਦੇ ਜੀ ਠੀਕ ਹੈ ਜੀ ਉੱਥੇ ਕੋਠੀ ਜਦੋਂ ਜਾ ਕੇ ਲੱਗਦੀ ਹੈ ਆਂਢ ਗੁਆਂਢ ਆਏ ਕਹਿੰਦਾ ਵੀ ਟਾਇਲ ਲੈ ਕੇ ਕਿੱਥੋਂ ਆਏ ਤੁਸੀਂ ਠੀਕ ਹੈ ਜੀ ਵੀ ਅਸੀਂ ਵੀ ਉੱਥੋਂ ਹੀ ਲੈ ਕੇ ਆਉਣੀ ਹੈ ਜੀ ਸਾਡੇ ਨਾਲ ਬਹੁਤ ਹੋਏ ਜੀ ਪਿੰਡਾਂ ਦੇ ਪਿੰਡਾਂ ਹੀ ਜੁੜੇ ਹੋਏ ਨੇ ਆਪਣੇ ਨਾਲ ਠੀਕ ਹੈ ਜੀ ਹਾਂਜੀ ਜਿਹੜਾ ਕੇਰਾ ਲੈ ਗਿਆ ਨਾਲ 10 ਬੰਦੇ ਲੈ ਕੇ ਆਉਗਾ ਲੈ ਕੇ ਆਊਗਾ ਬਿਲਕੁਲ ਜੀ ਆ ਸਾਰੇ ਡਿਜ਼ਾਈਨ ਆ ਸਾਰੇ ਲੱਗੇ ਪਏ ਜੀ ਪ੍ਰੋਪਰ ਇਟਾਲੀਅਨ ਸ਼ੇਡ ਸਾਰਾ ਲੱਗਿਆ ਹੋਇਆ ਜੀ ਤੇ ਬਾਈ ਇਹਦੇ ਰੇਟ ਦੱਸ ਸਕਦੇ ਆ ਆਪਾਂ ਇਹ ਰੇਟ ਤਾਂ ਵੀਰੇ ਸਾਰੇ ਇਹਦੇ ਜਿੰਨੇ ਵੀ ਨਾਰਮਲ ਚੱਲਦੇ ਕਜ਼ਾਰੀਆ ਦੇ ਇਹ ਸੀਰੀਜ਼ ਵਾਈਜ਼ ਹੁੰਦੇ ਨੇ ਜਿਵੇਂ ਕਾਰਾਂ ਦੇ ਵਿੱਚ ਮਾਡਲ ਆਉਂਦੇ ਨੇ ਜਿਵੇਂ ਇਨੋਵਾ ਕ੍ਰਿਸਟਾ ਦੀ ਗੱਲ ਕਰੀਏ ਆਪਾਂ ਇੱਕ ਤਾਂ ਜੀ ਮਾਡਲ ਹੋ ਗਿਆ 23 ਲੱਖ ਜੀ ਇੱਕ 32 ਲੱਖ ਦਾ ਹੁੰਦਾ ਜ਼ੈਡ ਮਾਡਲ ਜੀ ਇਹ 'ਚ ਬੇਸ ਕੁਆਲਿਟੀ ਹੁੰਦੀ ਹੈ ਟੋਪ ਕੁਆਲਿਟੀ ਹੁੰਦੀ ਹੈ ਇਹ ਸਟਾਰਟਿੰਗ ਹੋ ਜਾਂਦੇ ਜਿਵੇਂ ਬੇਸ ਕੁਆਲਿਟੀ 54-55 ਰੁਪਏ ਸਟਾਰਟ ਹੋ ਜਾਂਦੇ ਟੋਪ ਜਾਂਦੇ 60-65-70 ਰੁਪਏ ਤੱਕ ਜਾਂਦੀ ਹੈ ਵੀ ਉਹਦੇ ਵਿੱਚ ਮਾਡਲਸ ਆਉਂਦੇ ਨੇ ਅਲੱਗ ਅਲੱਗ ਠੀਕ ਹੈ ਜੀ ਪਰ ਜੇ ਗੱਲ ਕਰੀਏ ਜਿਵੇਂ 2500 ਡਿਜ਼ਾਈਨ ਤਾਂ ਹੀ ਬਣਦਾ ਜੇ ਇੱਕ ਡਿਜ਼ਾਈਨ ਦੇ 7-7 ਡਿਜ਼ਾਈਨ ਹੋਣਗੇ ਲੱਗ ਤਰ੍ਹਾਂ ਹਾਂ ਇਹੀ ਗੱਲ ਦੀ ਮੈਂ ਤੁਹਾਨੂੰ ਗੱਲ ਕਰ ਰਿਹਾ ਸੀਗਾ ਜੀ ਇਹੀ ਗੱਲ ਜਿਹੜੀ ਆ ਮੈਂ ਕਹੀਏ ਨਾ ਬੇਸ ਮਾਡਲ ਟੌਪ ਮਾਡਲ ਹਰੇਕ ਸੀਰੀਜ਼ ਦੇ ਅਲੱਗ ਅਲੱਗ ਮਾਡਲ ਆਉਂਦੇ ਨੇ ਹੁਣ ਜਿਹੜੀ ਮਰਜ਼ੀ ਕਾਰ 'ਚ ਬਾਕੀ ਤੁਹਾਨੂੰ ਵੇਰੀਐਂਟ ਮਿਲਣਗੇ ਅਲੱਗ ਅਲੱਗ ਉਵੇਂ ਟਾਈਲ ਦੇ ਵਿੱਚ ਜਿਵੇਂ ਏ ਕੁਆਲਿਟੀ ਬੀ ਕੁਆਲਿਟੀ ਬੇਸ ਮਾਡਲ ਟੌਪ ਮਾਡਲ ਮੀਡੀਅਮ ਮਾਡਲ ਉਹਦੇ ਵਿੱਚ ਫਿਰ ਅੱਗੇ ਸੀਰੀਜ਼ ਆਉਂਦੀਆਂ ਨੇ ਆਪਾਂ ਸਾਰੀਆਂ ਸੀਰੀਜ਼ ਕਵਰ ਕੀਤੀਆਂ ਹੋਈਆਂ ਠੀਕ ਹੈ ਜੀ ਟੋਟਲੀ ਸਾਰੀ ਸੀਰੀਜ਼ ਜੇ ਗੱਲ ਕਰੀਏ ਨਾ 2500 ਡਿਜ਼ਾਈਨ ਮੇਨਟੇਨ ਕਰਨਾ ਵੀ ਬਹੁਤ ਵੱਡੀ ਗੱਲ ਹੈ ਇਹ ਹੋਰ ਕਿਉਂ ਨਹੀਂ ਕਰ ਸਕਦਾ ਇਹ ਤਾਈਓ ਨਹੀਂ ਕਰ ਸਕਦਾ ਹੋਰ ਅਗਲਾ ਕੀ ਕਰਦਾ ਕਜਾਰੀਆ ਦੇ ਨਾਮ ਤੇ ਗਾਹਕ ਨੂੰ ਐਂਟਰ ਕਰ ਬਾਈ ਬਹੁਤ ਸੋਹਣਾ ਲੱਗਿਆ ਇਹ ਤਾਂ ਐਂ ਜਿਵੇਂ ਲਾਈਟ ਪਾਸ ਹੁੰਦੀ ਹੁੰਦੀ ਇਹਦੇ ਵਿੱਚ ਹਾਂ ਇਹ ਐਚਡੀ ਫੁੱਲ ਐਚਡੀ ਡਿਜ਼ਾਈਨ ਨੇ ਜੀ ਇਹ ਠੀਕ ਹੈ ਜੀ ਹਾਈ ਗਲੋਸ ਇਹ ਜਿੱਥੇ ਲੱਗ ਗਿਆ ਐਂ ਥੋੜਾ ਬੰਦਾ ਇਹਦੇ ਕੰਨੀ ਦੇਖਦਾ ਰਹੂਗਾ ਠੀਕ ਹੈ ਜੀ ਜਿਵੇਂ ਇਹਨੂੰ ਡਰਾਇੰਗ ਰੂਮ ਦੀ ਡਰਾਇੰਗ ਰੂਮ ਚ ਲਾ ਲਓ ਸੋਹਣਾ ਲੱਗੂ ਵਾਸ਼ਰੂਮ ਦੀ ਇੱਕ ਦੀਵਾਰ ਤੇ ਲਾ ਲਓ ਮੂਰੇ ਸ਼ੀਸ਼ਾ ਲਾ ਕੇ ਟੇਬਲ ਟੌਪ ਲੱਗ ਜੇ ਹੱਥ ਆਉਣ ਵਾਲਾ ਚੀਜ਼ ਹੀ ਲਗਜ਼ਰੀ ਬਣ ਜੂ ਠੀਕ ਹੈ ਜੀ ਇਹੀ ਛੋਟੀ ਛੋਟੀ ਚੀਜ਼ਾਂ ਹੁੰਦੀਆਂ ਨੇ ਜਿਹੜੀ ਕੋਠੀ ਨੂੰ ਵਧੀਆ ਬਣਾ ਦਿੰਦੀਆਂ ਨੇ ਜਿਵੇਂ ਗੱਡੀ ਹੈ ਗੱਡੀ ਲੈ ਲਈ ਉਹ ਚ ਲਾਈਵਿਲ ਪਵਾ ਲਓ ਸੀਟ ਕਵਰ ਪਵਾ ਲਓ ਦੋ ਚਾਰ ਚੀਜ਼ਾਂ ਹੋਰ ਕਰਕੇ ਗੱਡੀ ਤੁਹਾਡੀ ਐਂ ਬਣ ਜੂ ਪੂਰੀ ਬਹਿ ਜਾ ਕਰਾ ਦੂ ਜੀ ਉਵੇਂ ਕੋਠੀ 'ਚ ਹੈ ਛੋਟੀ ਛੋਟੀ ਚੀਜ਼ਾਂ ਨੂੰ ਵਧੀਆ ਕਰਕੇ ਲਾਓ ਚੀਜ਼ ਹੀ ਸੁਪਰ ਹਿੱਟ ਬਣ ਜੂ ਲੋਕ ਆ ਕੇ ਦੇਖ ਕੇ ਜਾਣਗੇ ਤੁਹਾਡੀ ਕੋਠੀ ਨੂੰ ਬਿਲਕੁਲ ਜੀ ਨਕਸ਼ਾ ਕਾਪੀ ਕਰਕੇ ਲੈ ਕੇ ਜਾਣਗੇ ਜੀ ਠੀਕ ਹੈ ਜੀ ਜੇ ਹੁਣ ਆਹ ਚੀਜ਼ ਦੇਖੋ ਜੀ ਆਹ ਕਲਰ ਦੇਖੋ ਆਹ ਚੀਜ਼ ਦੇਖੋ ਇਹ ਬਹੁਤ ਪਿਆਰਾ ਕਲਰ ਹੈ ਨਾ ਤੇ ਗਲੋਸੀ ਚ ਆ ਗਏ ਬਈ ਸਰ ਗਲੋਸੀ ਚ ਆ ਗਈ ਗਲੋਸੀ ਜੀ ਇਹ ਚਮਕ ਮਾਰਨੀ ਆ ਪੂਰਾ ਜੀ ਕੀ ਬਾਤ ਹੈ ਆਹ ਦੇਖੋ ਜੇ ਹੁਣ ਆਹ ਚੀਜ਼ ਦੇਖੋ ਫਲੋਰਿੰਗ ਵਾਸਤੇ ਜੀ ਪਤਾ ਲੱਗੇ ਵੀ ਕੋਈ ਚੀਜ਼ ਹੈ ਜੀ ਵੀ ਲੱਗਿਆ ਕੋਈ ਵਾਈਟ ਰੰਗ ਹੈ ਕੀ ਬਾਤ ਹੈ ਜੀ ਜਿਵੇਂ ਆਹ ਕਲਰ ਹੋ ਗਿਆ ਆਹ ਚੀਜ਼ ਦੇਖੋ ਜੀ ਜੀ ਜਿਵੇਂ ਥੱਪੀ ਦੇ ਵਿੱਚ ਮਾਰਬਲ ਥੱਪੀ ਨਾਲ ਥੱਪੀ ਜੋੜ ਕੇ ਰੇਸ਼ੇ ਮਿਲਦੇ ਆ ਨਾ ਉਹ ਵੀ ਟਾਇਲ ਦੇ ਪ੍ਰੋਪਰ ਆਏ ਰੇਸ਼ੇ ਮਿਲਣਗੇ ਜੀ ਆ ਦੇਖ ਸਕਦੇ ਹਾਂ ਦੇਖੋ ਪ੍ਰੋਪਰ ਆਏ ਰੇਸ਼ੇ ਮਿਲਣਗੇ ਜੀ ਐਂ ਜਗ੍ਹਾ ਵੀ ਉਹ ਹੈ ਕੋਈ ਪਾਰਟ ਏ ਕੋਈ ਪਾਰਟ ਬੀ ਨਹੀਂ ਪ੍ਰੋਪਰ ਆ ਦੇਖੋ ਆਏ ਰੇਸ਼ੇ ਮਿਲਣਗੇ ਜੀ ਪਤਾ ਲੱਗੂ ਵੀ ਕੋਈ ਲੱਗਿਆ ਇਟਾਲੀਅਨ ਮਾਡਲ ਲੱਗਿਆ ਇਹਦੇ ਨਾਲ ਦਾ ਪੱਥਰ ਲੈਣਾ ਹੋਵੇ 2500 ਰੁਪਏ ਫੁੱਟ ਤੋਂ ਸਟਾਰਟਿੰਗ ਹੁੰਦੀ ਹੈ ਜੀ ਇਹਦੇ ਨਾਲ ਦੇ ਠੀਕ ਹੈ ਪੱਥਰ ਦੀ ਠੀਕ ਹੈ ਇਹਦਾ ਕਜਾਰੀ ਹੈ ਜਿਹੜਾ ਪੱਥਰ ਨੂੰ ਕਾਪੀ ਕਰਕੇ ਵਧੀਆ ਬਣਾ ਕੇ ਦੇ ਰਿਹਾ ਕੰਮ ਠੀਕ ਪੂਰਾ ਟੌਪ ਦਾ ਮੰਨ ਲਓ ਉਹੀ ਹੈ ਵੀ ਕੋਠੀ ਦੇ ਸ਼ੌਂਕ ਪੂਰਾ ਹੋ ਜੂ ਜਿਹੜਾ ਜਿਵੇਂ ਲਵਾਉਣਾ ਉਸ ਤਰ੍ਹਾਂ ਹੀ ਚੀਜ਼ ਮਿਲੂ ਉਹ ਵੀ ਘੱਟ ਰੇਟ ਤੇ ਹਾਂ ਜਮਾ ਪੂਰਾ ਇਹਨਾਂ ਦਾ ਇੱਕ ਅਪਰੋਕਸੀਮੇਟ ਰੇਟ ਥੋੜਾ ਜਿਹਾ ਇਹ ਸਾਰੇ ਹੀ ਐਂ ਮੰਨ ਕੇ ਚੱਲੋ ਜਿਵੇਂ ਬੇਸ ਮਾਡਲ ਨੇ ਉਹ ਜਿਵੇਂ 60 ਤੋਂ 70 ਰੁਪਏ ਦੇ ਹੋ ਜਾਂਦੇ ਨੇ ਬਾਕੀ ਜਿਹੜੇ ਪ੍ਰੀਮੀਅਮ ਮਾਡਲ ਐਚਡੀ ਆ ਗਏ ਟੌਪ ਮਾਡਲ ਜੋ 70 75 80 85 ਜਿਵੇਂ ਹਾਈ ਗਲੋਸ ਲੱਗ ਰਹੇ ਜਾਂਦੇ ਨੇ ਸਾਰੇ ਉਹਦੇ ਵਿੱਚ ਆ ਜਾਂਦੇ ਪਰ ਜਿਹੜਾ ਹੁਣ ਆਪਾਂ ਇੱਕ ਸ਼ਬਦ ਕਹਿੰਦੇ ਨੇ ਪ੍ਰੀਮੀਅਮ ਹਾਂਜੀ ਪ੍ਰੀਮੀਅਮ ਜਿਹੜੇ ਨੇ ਲੈਣਾ ਫਿਰ ਉਹ ਤੋਂ ਉੱਪਰ ਕਜਾਰੀਆ ਤੋਂ ਉੱਪਰ ਹੈ ਨਹੀਂ ਕੁਝ ਉਹ ਤਾਂ ਬਈ ਕਜਾਰੀਆ ਤੋਂ ਉੱਪਰ ਦਾ ਕੋਈ ਬ੍ਰਾਂਡ ਹੀ ਨਹੀਂ ਬਾਕੀ ਲੀਲੀਆਂ ਫਿਲੀਆਂ ਚਿੰਟੂ ਕੈਂਡੀ ਤਾਂ ਆਉਂਦੀਆਂ ਹੀ ਰਹਿੰਦੀਆਂ ਨੇ ਰੇਸਾਂ ਦੇ ਵਿੱਚ ਤਾਂ ਸਾਰੀ ਭਜਦੇ ਨੇ ਪਰ ਕਜਾਰੀਆ ਐਸੀ ਜਿਹੜੀ ਜਮਾ ਟੌਪ ਤੇ ਜਾਂਦੀ ਹੈ ਠੀਕ ਹੈ ਜਿੱਥੇ ਮਰਜ਼ੀ ਲੱਗਿਆ ਦੇਖ ਲਿਓ ਇੰਡੀਆ ਦੀ ਨੰਬਰ 1 ਟਾਈਲ ਕੰਪਨੀ ਹੈ ਨੰਬਰ 1 ਟਾਈਲ ਕੰਪਨੀ ਕੱਲ ਨੂੰ ਕੋਈ ਇਹ ਨਹੀਂ ਕਹਿ ਸਕਦਾ ਵੀ ਯਾਰ ਚੀਜ਼ ਮਾੜੀ ਦੇਤੀ ਬਾਈ ਉਹਨਾਂ ਨੇ ਤੇ ਇੱਕ ਨੰਬਰ ਗੱਲਬਾਤ ਹੈਗੀ ਆਪਣੇ ਸ਼ੋਰੂਮ ਦੇ ਮੂਹਰੇ ਦੇਖਿਓ ਵੱਡੇ ਵੱਡੇ ਅੱਖਰਾਂ 'ਚ ਲਿਖਿਆ ਹੋਇਆ ਟੌਪ ਨੰਬਰ 1 ਕੰਪਨੀ ਇੰਡੀਆ ਦੀ ਨੰਬਰ 1 ਟਾਈਲ ਕੰਪਨੀ ਜੀ ਇੱਧਰ ਵੀ ਦਿਖਾ ਦਈਏ ਵੀ ਡਿਜ਼ਾਈਨ ਫਿਰ ਹਾਂ ਇੱਧਰ ਵੀ ਸਾਰੇ ਹੁਣ ਜਿਨ੍ਹਾਂ ਨੇ ਜਿਵੇਂ ਬਾਥਰੂਮ 'ਚ ਕੁਝ ਐਕਸਟਰਾ ਹਾਈਲਾਈਟਰ ਲਾਉਣੇ ਹੁੰਦੇ ਨੇ ਜਿਵੇਂ ਆਹ ਦੇਖੋ ਆ ਸਾਰੇ ਲੱਗੇ ਹੋਏ ਨੇ ਜਿਹੜੇ ਅੱਜ ਕੱਲ ਪਹਿਲਾਂ ਚੱਲਦੇ ਹੁੰਦੇ ਸੀ ਅੱਜ ਕੱਲ ਇਟਾਲੀਅਨ ਦਾ ਜ਼ਮਾਨਾ ਹੈ ਜਾਏ ਬਾਈ ਫੋਟੋ ਖਿੱਚ ਕੇ ਭੇਜ ਦੋ ਬਾਈ ਤੋਂ ਜੀ ਜਿਨ੍ਹਾਂ ਨੇ ਆਹ ਚੀਜ਼ਾਂ ਵੀ ਲਾਉਣਾ ਸਾਰਾ ਕੁਝ ਆਪਣੇ ਕੋਲ ਲੱਗਿਆ ਜਿਵੇਂ ਆਹ ਚੀਜ਼ ਦੇਖੋ ਟੈਕਸਚਰ ਦੇ ਵਿੱਚ ਹੈ ਜਿਵੇਂ ਕਢਾਈ ਵਾਲਾ ਡਿਜ਼ਾਈਨ ਹੁੰਦਾ ਠੀਕ ਹੈ ਜੀ ਜਿਵੇਂ ਆਹ ਚੀਜ਼ ਦੇਖੋ ਆਹ ਦੇਖੋ ਪ੍ਰੀਮੀਅਮ ਹਾਈਲਾਈਟਰ ਕਲਰ ਨੇ ਟੱਚ ਕਰਕੇ ਦੇਖੋ ਨਾ ਮਾੜਾ ਜਿਹਾ ਤੁਹਾਨੂੰ ਫੀਲ ਆਊਗਾ ਵੀ ਹਾਂ ਕੋਈ ਚੀਜ਼ ਲੱਗੀ ਹੋਈ ਹੈ ਜਿਵੇਂ ਕਿਹੜਾ
ਸਟਾਕ ਦਾ ਵਾਧੂ ਹੁੰਦਾ ਉਹ ਬਈ ਕਿਸੇ ਮਰਜ਼ੀ ਦਾ ਉਸ ਦਾ ਤਿੰਨ ਕਦਮ ਨਵੇਂ ਬਣਾਲੇ ਦੂਆ ਦਾ ਠੀਕ ਹੈ ਜੀ ਸਟਾਕ ਵਾਲੀ ਨਹੀਂ ਦਿੱਕਤ ਹੈਗੀ ਮਤਲਬ ਅਸਲੀ ਕੰਮ ਹੀ ਸਟਾਕ ਦਾ ਹੁਣ ਬਾਕੀ ਦੁਕਾਨਦਾਰ ਕੀ ਕਰਦੇ ਨੇ ਚਾਰ ਡਿਜ਼ਾਈਨ ਰੱਖ ਕੇ ਮੁੜ ਕੇ ਸਟਾਕ ਕੰਪਨੀ ਦੇ ਵਿੱਚ ਅਵੇਲੇਬਲ ਹੋਵੇ ਤਾਂ ਮਾਲ ਆਜੂ ਨਹੀਂ ਆਉਂਦਾ ਨਹੀਂ ਆਪਣੇ ਕੋਲ ਸਾਰਾ ਲੱਗਿਆ ਪਿਆ ਬੁੱਕ ਕਰਾਓ ਕੱਲ ਨੂੰ ਤੁਹਾਡੇ ਘਰੇ ਠੀਕ ਹੈ ਜੀ ਇਹ ਵੀ ਨਹੀਂ ਹੈਗਾ ਵੀ ਕੱਲ ਨੂੰ ਜੇ ਕੋਈ ਦੁਬਾਰੇ ਲੈਣਾ ਪੈ ਗਿਆ ਉਹ ਮਿਲ ਜੂਗਾ ਚਾਹੇ 5 ਸਾਲ ਬਾਅਦ ਲੈ ਲਿਓ ਬਾਈ ਠੀਕ ਹੈ ਜੀ 1000 ਦੀ ਕੰਪਨੀ ਕੋਈ ਦੇਸੀ ਨਹੀਂ ਹੈਗੀ ਠੀਕ ਹੈ ਜੀ ਆ ਵੀ ਬਹੁਤ ਸਵਾਦ ਡਿਜ਼ਾਈਨ ਪ੍ਰੀਮੀਅਮ ਹਾਈਲਾਈਟਰ ਹਾਈਲਾਈਟਰਸ ਨੇ ਜੀ ਇਹ ਠੀਕ ਹੈ ਜੀ ਜਿਵੇਂ ਪੋਰਚ ਹੈ ਆਪਣੇ ਆਪਣਾ ਮੰਨ ਲਓ ਲੋਬੀ ਹੈ ਲੋਬੀ ਜਿਹਦੇ ਨਾਲ ਦੇ 4 ਪੀਸ ਲਾਏ ਹੋਣ ਚੀਜ਼ੀ ਸਰਾ ਇਹ ਤਾਂ ਦੁੱਖ ਤੋੜਦੇ ਨੇ ਕਹਿੰਦੇ ਹੁੰਦੇ ਮੈਂ ਕਹਾਂ ਜਮਾ ਠੀਕ ਹੈ ਜੀ ਤੇ ਆ ਜਾਓ ਵੀ ਹੋਰ ਕਿਹੜੇ ਦਿਖਾਓਗੇ ਡਿਜ਼ਾਈਨ ਆ ਜਿਵੇਂ ਹੁਣ ਆ ਦੇਖੋ ਜੀ ਇਹ ਮਾਰਬਲ ਟੈਕ ਦੇ ਵਿੱਚ ਆਉਂਦੇ ਨੇ ਜੀ ਨਾ ਇਹਦੇ ਗਲੋਸ ਹੈ ਨਾ ਮੈਟ ਹੈ ਜੀ ਨਾਲੇ ਚਮਕੌਰੀ ਫੁੱਲੀ ਮਾਰੂ ਨਾਲੇ ਰੇਸ਼ਾ ਰੇਸ਼ਾ ਦੇਖੋ ਪ੍ਰੋਪਰ ਮਿਲੂਗਾ ਜੀ ਆ ਦੇਖੋ ਬਿਲਕੁਲ ਜੀ ਆ ਦੇਖੋ ਆਏ ਲੱਗੂ ਜੀ ਮੈਂ ਅਸਲੀ ਪੱਥਰ ਲੱਗਿਆ ਹੁੰਦਾ ਜੀ ਬਿਲਕੁਲ ਜੀ ਬਿਲਕੁਲ ਟੱਚ ਕਰਕੇ ਦੇਖੋ ਪਹਿਲਾਂ ਤੁਸੀਂ ਇਹਨੂੰ ਨਾ ਗਲੋਸ ਨਾ ਮੈਟ ਠੀਕ ਹੈ ਜੀ ਇਹ ਸਾਟਨ ਦੇ ਵਿੱਚ ਹੈ ਜੀ ਜਿਹੜੀ ਚੀਜ਼ ਲੈਣੀ ਆ ਮਤਲਬ ਆਪਾਂ ਗਲੋਸੀ ਲੁੱਕ ਲੈਣੀ ਉਹ ਲੈ ਲਓ ਸਾਰਾ ਕੁਝ ਅਵੇਲੇਬਲ ਹੈ ਜੀ ਠੀਕ ਹੈ ਜੀ ਹੁਣ ਜਿਵੇਂ ਆਹ ਚੀਜ਼ ਦੇਖੋ ਜੀ ਆਹ ਚੀਜ਼ ਦੇਖੋ ਜੀ ਚਮਕਦਾ ਕੱਲਾ ਕੱਲਾ ਰੇਸ਼ਾ ਬੜਾ ਕੈਮਰੇ ਨੂੰ ਹਿਲਾ ਕੇ ਦਿਖਾਓ ਕੱਲਾ ਕੱਲਾ ਰੇਸ਼ਾ ਚਮਕੂਗਾ ਬਿਲਕੁਲ ਜੀ ਬਿਲਕੁਲ ਚਮਕਾ ਮਾਰਦਾ ਜੀ ਪੂਰੀਆਂ ਹੁਣ ਆਹ ਦੇਖੋ ਜੀ ਦੇਖੋ ਚਮਕਦਾ ਕੱਲਾ ਕੱਲਾ ਰੇਸ਼ਾ ਪੂਰੀ ਗੱਲਬਾਤ ਹੈ ਜੀ ਮਤਲਬ ਜਿਹੜੇ ਮਿੱਤਰਾਂ ਨੇ ਹੁਣ ਟਾਇਲ ਲੈਣੀ ਆ ਤੇ ਚੰਗੀ ਲੈਣੀ ਆ ਤਾਂ ਬਸ ਉਹਨੂੰ ਇੱਕ ਵਾਰ ਫੋਨ ਮਾਰ ਲੈਣ ਦੁੱਖ ਟੁੱਟ ਜਾਣਗੇ ਜਮਾ ਜੀ ਜਮਾ ਸਾਰਾ ਲਾਈਵ ਡਿਸਪਲੇ ਆ ਦੇਖੋ ਜਿਵੇਂ ਵਾਟਰਫਾਲ ਡਿਜ਼ਾਈਨ ਹੈ ਜੋ ਕੋਠੀ ਦੇ ਮੂਹਰੇ ਲੱਗਿਆ ਬਹਿ ਜਾ ਕਰ ਦੂਗਾ ਜੀ ਇਹ ਠੀਕ ਹੈ ਜੀ ਜਿਵੇਂ ਆਹ ਦੇਖੋ ਜਿਵੇਂ ਆਹ ਚੀਜ਼ ਦੇਖੋ ਕੋਬਲ ਸਟੋਨ ਹੋ ਗਿਆ ਜੀ ਤੇ ਬਈ ਆਹ ਸਾਰੇ ਵੂਡਨ ਕਲਰਸ ਆ ਗਏ ਜੀ ਜੀ ਤੇ ਨਾਲ ਹਾਂਜੀ ਬਈ ਇਧਰ ਸਾਰੇ ਫਰੰਟ ਐਲੀਵੇਸ਼ਨ ਆ ਭਰੀ ਹੋਈ ਆ ਵਿੱਚ ਵੂਡਨ ਵਿੱਚ ਸਾਰਾ ਕੁਝ ਠੀਕ ਹੈ ਆਹ ਕਹਿੰਦਾ ਵੀ ਇੱਥੇ 2 ਪੀਸ ਲੱਗੇ ਹੋਏ ਨੇ ਵੀ ਜੋ ਕੱਲ ਨੂੰ ਸਾਡੀ ਪੂਰੀ ਕੰਧ ਲੱਗੂ ਕਿਹੇ ਜੀ ਲੱਗੂ ਆ ਦੇਖੋ ਭਈ ਇਹ ਜੀ ਲੱਗੂ ਇਹ ਜੀ ਲੱਗੂ ਤੇ ਬਈ ਇਹ ਕੋਈ ਡਿਜ਼ਾਈਨ ਹੁੰਦਾ ਜਿਵੇਂ ਕਿਸੇ ਦੇ ਮਨ ਚ ਤੁਹਾਨੂੰ ਫੋਟੋ ਭੇਜ ਦੋ ਹੋ ਜਾ ਮੰਗਵਾ ਦੂੰਗੇ ਹਾਂਜੀ 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 ਬਾਕੀ ਕਜਾਰੀਆ ਤਾਂ ਹੋਣਾ ਚਾਹੀਦਾ ਹੈ ਕਜਾਰੀਆ ਤਾਂ ਜੋ ਮਰਜ਼ੀ ਬੋਲੋ ਕੁਝ ਮਰਜ਼ੀ ਆ ਦੇਖੋ ਠੀਕ ਹੈ ਜਿਵੇਂ ਆ ਚੀਜ਼ਾਂ ਦੇਖੋ ਜੀ ਆ ਦੇਖ ਸਕਦੇ ਤੁਸੀਂ ਉੱਪਰ ਨਾ ਸਾਰੇ ਪਾਸੇ ਕਜਾਰੀ ਚੌਕੂਗਾ ਤੇ ਕਜਾਰੀਆ ਤਾਂ ਫਿਰ ਬਾਈ ਹੋਰਾਂ ਨੇ ਚੌਕਣਾ ਇੱਥੇ ਵੀ ਲਾ ਰੱਖਿਆ ਜਮਾ ਜੀ ਜਮਾ ਇਹ ਸ਼ੋਰੂਮ ਦੀ ਕੋਈ ਸਾਡੀ ਉਹ ਨਹੀਂ ਹੈਗੀ ਜੀ ਵੀ ਜਿਵੇਂ ਕਹਿ ਦੋ ਵੀ ਆਹ ਸ਼ੋਰੂਮ ਕਿਵੇਂ ਬਣਾਇਆ ਵੀ ਐਡਾ ਸੋਹਣਾ ਕਿਵੇਂ ਡਿਜ਼ਾਈਨ ਕੀਤਾ ਬੰਬੇ ਤੋਂ ਆਰਕੀਟੈਕਚਰ ਉਹਨਾਂ ਦੇ ਚੱਲ ਕੇ ਦੇ ਜੀ ਠੀਕ ਹੈ ਹਫਤੇ 'ਚ 2 ਵਾਰ ਦਾ ਜਹਾਜ਼ ਦਾ ਕਰਾਈ ਲੱਗ ਜਾਂਦਾ ਉਹਦਾ ਠੀਕ ਹੈ ਜੀ ਕੱਲੀ ਕੱਲੀ ਮੇਖ ਵੀ ਆਪਦੇ ਹਿਸਾਬ ਨਾਲ ਲਵਾਉਂਦਾ ਵੀ ਕਿਤੇ ਕੋਈ ਕੱਚ ਰਹਿ ਜੇ ਚੀਜ਼ ਬਈ ਉਹੀ ਆ ਵੀ ਜਿਹੜਾ ਬੰਦਾ ਆ ਗਿਆ ਫਿਰ ਉਹਨੂੰ ਇਹ ਨਹੀਂ ਹੈਗਾ ਵੀ ਕੋਈ ਵਹਿਮ ਰਹਿ ਜੂ ਵੀ ਮੈਨੂੰ ਆ ਚੀਜ਼ ਨਹੀਂ ਮਤਲਬ ਹੀ ਨਹੀਂ ਜੀ ਜੇ ਵਹਿਮ ਹੀ ਰਹਿ ਗਿਆ ਫਿਰ ਸਾਡਾ ਫਾਇਦਾ ਕੀ ਹੋਇਆ ਕੰਮ ਕਰਨ ਦਾ ਜੀ ਫਿਰ ਲਾਣ ਤਾਂ ਇਹਦੇ ਕੰਮ ਤੇ ਠੀਕ ਹੈ ਜੀ ਬਈ ਟਾਈਲਾਂ ਦੇ ਡਿਜ਼ਾਈਨ ਤਾਂ ਕਮਾਲ ਦੇ ਨੇ ਡਿਸਪਲੇ ਕਮਾਲ ਦੇ ਸ਼ੋਰੂਮ ਵੀ ਕਮਾਲ ਦਾ ਹੈਗਾ ਤੇ ਹੁਣ ਨਾਲ ਹੋਰ ਬਈ ਕਿਹੜੇ ਕਿਹੜੇ ਪ੍ਰੋਡਕਟ ਆਪਣੇ ਕੋਲ ਜਿਹੜੇ ਅਵੇਲੇਬਲ ਹੁੰਦੇ ਆਪਣੇ ਕੋਲ ਕੋਠੀ ਦੇ ਵਿੱਚ ਜਿਵੇਂ ਟਾਈਲਸ ਹੋ ਗਈਆਂ ਜਾਂ ਉਹਦੇ ਨਾਲ ਜਿਵੇਂ ਟੂਟੀਆਂ ਦਾ ਕੰਮ ਹੋ ਗਿਆ ਸੈਂਟਰੀ ਦਾ ਹੋ ਗਿਆ ਸੀਪੀ ਫਿਟਿੰਗ ਸਾਰਾ ਕੰਪਲੀਟ ਆਪਣੇ ਕੋਲੇ ਠੀਕ ਹੈ ਜਿਵੇਂ ਆਹ ਚੀਜ਼ ਦੇਖੋ ਆਹ ਲੋਬੀ ਦੇ ਵਿੱਚ ਲਾਓ ਲੋਬੀ ਦੀ ਪੂਰੀ ਤੱਕ ਪਾ ਦੂਗਾ ਜੀ ਠੀਕ ਹੈ ਜੀ ਇਹ ਲੱਕੜੀ ਹੈ ਕਿ ਟਾਈਲ ਆ ਬਈ ਇਹ ਪ੍ਰੋਪਰ 10 ਸਾਲ ਦੀ ਇਹਦੀ ਗਾਰੰਟੀ ਹੈ ਜੀ ਇਹ ਇੰਪੋਰਟਡ ਲੱਕੜਾ ਜਿਹੜੀ ਬਾਹਰ ਚੱਲਦੀ ਹੈ ਇਹਦੇ ਤਾਂ ਕਬਜ਼ਿਆਂ ਦੇ ਵੀ 304 ਦੀ ਮੋਹਰ ਲੱਗੀ ਹੋਈ ਹੈ ਧਿਆਨ ਨਾਲ ਦੇਖੋ ਜੀ ਅੱਛਾ ਜੀ ਹਾਂਜੀ 304 ਦਾ ਮਤਲਬ ਹਾਂ 304 ਸਟੀਲ ਵਿੱਚ ਸਭ ਤੋਂ ਹਾਈ ਗ੍ਰੇਡ ਹੈ ਜੀ ਹਾਈ ਗ੍ਰੇਡ ਜਿਵੇਂ 202 303 304 ਸਭ ਤੋਂ ਹਾਈ ਗ੍ਰੇਡ ਦੀ ਹੈ ਜੀ ਠੀਕ ਹੈ ਜੀ ਸੌਫਟ ਕਲੋਜ਼ਰ ਹੈ ਆਪਣੇ ਆਪ ਬੰਦ ਹੋਊਗਾ ਜੀ ਕੀ ਬਾਤ ਹੈ ਜੀ ਇਹ ਡਬਲ ਲੀਵਰ ਸਿਸਟਮ ਹੈ ਜਿਹੜੀ ਮਰਜ਼ੀ ਕੰਪਨੀ 'ਚ ਵਗ ਜਿਓ ਇੱਕ ਵਾਰ ਜੇ ਟੁੱਟੀ ਤਾਂ ਚੱਕੀ ਜਾਊਗੀ ਇੱਕ ਹਜ਼ਾਰੀ ਐਸੀ ਕੰਪਨੀ ਹੈ ਇੱਕ ਵਾਰੀ ਟੈਪ ਕਰੋਗੇ ਆਟੋਮੈਟਿਕਲੀ 40% ਲੋਕ ਲੱਗ ਜੂ ਪਾਣੀ ਅੱਧਾ ਆਊਗਾ ਪਾਣੀ ਦੀ ਵੇਸਟੇਜ ਨਹੀਂ ਹੋਊਗੀ ਜੇ ਤੁਹਾਨੂੰ ਹਾਈ ਪ੍ਰੈਸ਼ਰ ਚਾਹੀਦਾ ਤਾਂ ਇੱਕ ਵਾਰੀ ਹੋਰ ਟੈਪ ਕਰੋ ਠੀਕ ਹੈ ਜੀ ਨਾਰਮਲ ਦਿਨਾਂ 'ਚ ਆਪਾਂ ਹੱਥ ਧੋਣੇ ਦਾ ਬ੍ਰਸ਼ ਕਰਨਾ ਹੁੰਦਾ ਉਹ 'ਚ ਆਪਣਾ ਹਾਈ ਪ੍ਰੈਸ਼ਰ ਦੀ ਲੋੜ ਹੀ ਨਹੀਂ ਪੈਂਦੀ ਹਾਂਜੀ ਨਾਲੇ ਪਾਣੀ ਸੇਵ ਕਰੋ ਬਿਲਕੁਲ ਜੀ ਡਬਲ ਲੀਵਰ ਸਿਸਟਮ ਜਰਮਨ ਦੀ ਟੈਕਨੋਲੋਜੀ ਨਾਲ ਬਣੀ ਹੋਈ ਟੂਟੀ ਪਾਣੀ ਨੂੰ ਬਚਾਉਣ ਵਾਲਾ ਵੀ ਤਰੀਕਾ ਹੈ ਹਾਂ ਤੇ ਨਾਲੇ ਚੀਜ਼ ਸੋਹਣੀ ਦੀ ਸੋਹਣੀ ਹਾਂਜੀ ਇਹ ਕੈਰੋਵਿਟ ਇਹਦਾ ਉਹ ਆ ਜਾਂਦਾ ਇਹ ਕੈਰੋਵਿਟ ਆ ਦੇਖੋ ਜੀ ਰਣਵੀਰ ਸਿੰਘ ਅਨੁਸ਼ਕਾ ਸ਼ਰਮਾ ਦੇ ਬ੍ਰਾਂਡ ਐਂਬੈਸਡਰ ਨੇ ਕਿ ਕੈਰੋਵਿਟ ਬਾਈ ਕਜ਼ਾਰੀਆ ਠੀਕ ਹੈ ਜੀ ਕਜ਼ਾਰੀਆ ਦਾ ਹੀ ਪ੍ਰੋਡਕਟ ਹੈ ਜੀ ਠੀਕ ਹੈ ਜੀ ਆ ਸਾਰੀਆਂ ਸੀਟਾਂ ਵਗੈਰਾ ਹੋਰ ਆ ਸਾਰੇ ਟੈਪਸ ਤੇ ਵਾਲ ਹੈਂਗਿੰਗ ਸੀਟਾਂ ਸਾਰਾ ਕੁਝ ਪਿਆ ਜੀ ਆਪਣੇ ਠੀਕ ਹੈ ਜੀ ਮਾਲ ਵੀ ਲੈਣ ਵਾਲੇ ਬਣੋ ਚੀਜ਼ਾਂ ਨਹੀਂ ਮਤ ਤੋੜਾ ਹੈਗਾ ਆਪਣੇ ਕੋਲੇ ਹਰ ਤਰ੍ਹਾਂ ਦੀ ਤੁਹਾਡੇ ਕੋਲ ਅਵੇਲੇਬਲ ਮਿਲੂਗੀ ਆਪਣੇ ਕੋਲੇ ਠੀਕ ਹੈ ਬਾਈ ਜੀ ਤੇ ਬਾਈ ਇੱਕ ਤਾਂ ਆਪਾਂ ਮੋਡ ਦੱਸ ਦਈਏ ਵੀ ਜੇ ਕੋਈ ਦਰਸ਼ਕ ਵੀਰ ਕੁਝ ਵੀ ਖਰੀਦਣਾ ਚਾਹੁੰਦਾ ਹੈ WhatsApp ਤੇ ਮੈਸੇਜ ਕਰ ਸਕਦਾ ਜੇ ਕਿਵੇਂ WhatsApp ਤੇ ਮੈਸੇਜ ਕਰੋ ਸਾਨੂੰ ਫੋਨ ਕਰੋ ਬਾਕੀ Google ਤੇ ਲੋਕੇਸ਼ਨ ਲਾ ਲਓ ਹਰਦੇਵ ਮਾਰਬਲ ਮਾਨਸਾ ਭਰ ਕੇ ਇੱਥੇ ਆ ਜਾਓ ਠੀਕ ਹੈ ਜੀ ਸਾਰਾ ਕੁਝ ਦੇਖੋ ਫੇਰ ਲਓ
ਠੀਕ ਹੈ ਜੀ, ਪਹਿਲਾਂ ਤਸੱਲੀ ਕਰੋ ਇਹਦੇ ਨਾਲ ਜੋ ਵੀ ਇੱਕ ਤਾਂ ਆ ਗਿਆ ਕਜਾਰੀਆ ਦੇ ਪ੍ਰੋਡਕਟ, ਹਾਂਜੀ ਇੱਕ ਮੈਂ ਦੇਖ ਰਿਹਾ ਇੱਧਰ ਨਾਲ ਵੀ ਆਪਣਾ ਹੈਗਾ, ਹਾਂਜੀ ਹਾਂਜੀ ਉਹਦੇ ਵਿੱਚ ਕਿਹੜੇ ਕਿਹੜੇ ਪ੍ਰੋਡਕਟ ਮਿਲ ਜਾਂਦੇ ਆਪਣੇ ਉਹ ਗਰੇ ਜਿਵੇਂ ਉਹਨੂੰ ਪੌੜੀਆਂ ਦੇ ਹਰੇਕ ਕਿਤੇ ਵੀ ਟਾਈਲ ਨਹੀਂ ਲੱਗਦੀ, ਜਿਵੇਂ ਪੋਰਚ ਪਿੱਲਰ ਰੈਂਪ ਪੌੜੀਆਂ ਤੇ ਗ੍ਰੇਨਾਈਟ ਲੱਗਦਾ, ਗ੍ਰੇਨਾਈਟ 'ਚ ਵੀ ਆਪਣੇ ਕੋਲ 250 ਕਲਰ ਅਵੇਲੇਬਲ ਹੈ ਸਾਊਥ ਦੇ ਵਿੱਚ, ਸਾਊਥ ਬੈਂਗਲੋਰ ਖਮਮ ਬਲੈਕ ਸਾਰੇ ਕਲਰ ਦੇ ਆਪਣੇ ਕੋਲ, ਠੀਕ ਹੈ ਜੀ, ਲਾਈਟ ਕਲਰ ਦੀ ਵਰਾਇਟੀ ਪੂਰੀ ਫੁੱਲ ਹੈ, ਜਿੰਨੇ ਮਰਜ਼ੀ ਲਾਈਟ ਕਲਰ ਰਹੋ ਸਾਡੇ ਕੋਲੋਂ ਜੀ, ਘੱਟੋ ਘੱਟ 90-95 ਕਲਰ ਆਪਣੇ ਕੋਲ ਲਾਈਟ ਸ਼ੇਡ ਦੇ ਪਏ ਨੇ, ਠੀਕ ਹੈ ਜੀ, ਟੋਟਲ ਆਪਣੇ ਕੋਲ 250-300 ਸ਼ੇਡ ਪਏ ਜੀ ਗ੍ਰੇਨਾਈਟ ਦੇ ਵਿੱਚ, ਜਿਹੜਾ ਮਰਜ਼ੀ ਸ਼ੇਡ ਲਾਓ। ਬਾਊ ਜੀ ਫਿਰ ਆਪਾਂ ਅਲੱਗ ਵੀਡੀਓ ਲੈ ਕੇ ਆਵਾਂਗੇ। ਹਾਂਜੀ ਹਾਂਜੀ ਜ਼ਰੂਰ ਜੀ ਜ਼ਰੂਰ। ਤੇ ਬਈ ਬਹੁਤ ਬਹੁਤ ਧੰਨਵਾਦ, ਤੇ ਬਹੁਤ ਸੋਹਣਾ ਤੁਸੀਂ ਜੋ ਸ਼ੋਰੂਮ ਬਣਾਇਆ ਹੈਗਾ, ਆਹ ਦੇਖੋ ਸਾਰੇ ਲਾਈਵ ਬੈੱਡਰੂਮ, ਆਹ ਬੈੱਡ ਬਣਿਆ।